ਕਾਫੀ ਨਿਕਲਦੀ ਹੈ ਰਾਤ ਨੂੰ ਇਨਫੋਰਮੇਸ਼ਨ ਸਾਡੇ ਪੁਲਿਸ ਜ਼ਿਲ੍ਹੇ ਖੰਨਾ ਦੇ ਵਿੱਚ ਮਾਣਯੋਗ ਸਾਡੇ ਐਸ ਐਸ ਪੀ ਸਾਹਿਬ ਮਾਲ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਉਂਡਿੰਗ ਰੋਕ ਸਾਡੇ ਜਿਹੜੇ ਨਾਕਾਬੰਦੀ ਕੀਤੀ ਜਾ ਰਹੀ ਹੈ। ਰਾਤ ਵੀ ਏਐਸਏ ਜਗਤਾਰ ਸਿੰਘ ਥਾਣਾ ਸਿਟੀ ਖੰਨਾ ਲਲਹੇੜੀ ਚੌਂਕ ਦੇ ਵਿੱਚ ਮੌਜੂਦ ਸੀ। ਉਹਦੇ ਪਾਸ ਮੁਹਰ ਖਾਸ ਨੇ ਇਤਲਾਹ ਦਿੱਤੀ ਕਿ ਅਸ਼ੋਕ ਕੁਮਾਰ ਜਿਹੜਾ ਹੈਗਾ ਬਲੈਰੋ ਗੱਡੀ PV11AT9933 ਦੇ ਵਿੱਚ ਚੰਡੀਗੜ੍ਹ ਸਾਈਡ ਤੋਂ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਲਿਆ ਕੇ ਸਮਗਲ ਕਰਨ ਵਾਸਤੇ ਖੰਨਾ ਵੱਲ ਨੂੰ ਆ ਰਿਹਾ, ਜਿਸ 'ਤੇ ਪੁਲਿਸ ਪਾਰਟੀ ਨੇ ਮੱਲੀ ਪੈਲਸ ਕੋਲ ਲਲਹੇੜੀ ਚੌਂਕ 'ਤੇ ਨਾਕਾਬੰਦੀ ਕੀਤੀ ਹੈ ਅਤੇ ਦੋਸ਼ੀ ਅਸ਼ੋਕ ਕੁਮਾਰ ਉਕਤ ਨੂੰ ਸਮੇਤ ਉਕਤ ਗੱਡੀ ਦੇ ਕਾਬੂ ਕਰਕੇ 251 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ, ਜਿਨ੍ਹਾਂ ਦੇ ਵਿੱਚੋਂ 162 ਪੇਟੀਆਂ ਠੇਕਾ ਸ਼ਰਾਬ ਦੇਸੀ ਡਾਲਰ ਅਤੇ 99 ਪੇਟੀਆਂ ਵੱਖ ਵੱਖ ਕਿਸਮ ਦੀਆਂ ਅੰਗਰੇਜ਼ੀ ਸ਼ਰਾਬ ਹਨ। ਨਹੀਂ, ਫਿਲਹਾਲ ਦੀ ਤਫਤੀਸ਼ ਦੌਰਾਨ ਦੋਸ਼ੀ ਦੇ ਖਿਲਾਫ਼ ਕੋਈ ਪਹਿਲਾ ਮੁਕੱਦਮਾ ਦਰਜ ਹੋਣਾ ਤਾਂ ਨਹੀਂ ਨੋਟਿਸ ਦੇ ਵਿੱਚ ਆਇਆ। ਇਹ ਦੋਸ਼ੀ ਜਿਹੜਾ ਬੇਸਿਕਲੀ ਕਪੂਰਥਲਾ ਜ਼ਿਲ੍ਹਾ ਰਹਿਣ ਵਾਲਾ ਸੀਗਾ, ਪਰ ਅੱਜ ਕੱਲ੍ਹ ਇਹ ਜਮਾਲਪੁਰ ਵਿਖੇ ਰਹਿ ਰਿਹਾ। ਫਿਲਹਾਲ ਪੁੱਛਗਿੱਛ ਤੋਂ ਇਹਨੇ ਇਹੀ ਦੱਸਿਆ ਕਿ ਮੀਟ ਮਾਰਕੀਟ ਦੇ ਵਿੱਚ ਇਹਨੇ ਇਹ ਮਾਲ ਜਿਹੜਾ ਦੇਣਾ ਸੀਗਾ।